ਤੂੰ ਹੁਣ ਤੇਰੇ ਮੂੰਹ ਵਰ ਗਿਆ ਬੈਗ ਉੱਤੇ ਚੰਗੀ ਪੈਣ ਗਨ ਮਨਪ੍ਰੀਤ ਆਇਆ ਮੈਂ ਤੇਰੇ ਮੂੰਹ ਕਿਉਂ ਦਿਲ ਚ ਮੈਂ ਕਿਹੜੇ ਪਾਸੇ ਗਿਆ ਆਇਆ ਕਹਿੰਦੇ ਕੌਣ ਚਾਚੇ ਕਹਿੰਦਾ ਜੀ ਅਮਰਾਜ ਆ ਜਾਓ ਤੇ ਪੱਲਾ ਡੱਫਿਆ ਨਹੀਂ ਹੋਰ ਤੇ ਪਾਣੀ ਪੀਣਾ ਯਾਦ ਆ ਗਿਆ ਹਲੋ ਵਰਤ ਖੋਲ ਲੋ दो बारी कढ़ने पैणगे बाकी तुसी दस दो तू तो हसी ही हसी ही तिल खवाइए अपने पहला भी बीज होंगे जो कट्ठा घर होंगे एक घर होंगे पापा मैं निके होंगी ने पापड़ी जरूर खादी है इना याद है भी तेल अपने घर यकीन नहीं कर नहीं मैं नान के आना उसके वो कहने कमरा अच्छी गया मैं याद है थोड़ा थोड़ा वो कहने जरूर कही गेट आ गई इना तेल खादे है पापड़ी दिमाग बात से बात वीरा कहना है तो है नहीं दिमाग बात से बने जवाग दी गाली नहीं सुन दे देख ले बदले ए मैं झोंडे बड़े टाइम बाद देखे वो टाइम ऐ खाने बहन गए बदल तो मिनटा च आया भजया भजया वर्त खोलन चले हेलो वर्त खोल लो दीवे की जगह रख लो डर बड़ा लगता पौड़ियां चढ़ा लिया कितने रुड़ जाने आया तेरा मुंह वेखना अम्मा आ दीवे दी जगह ना रखा करो ठंडी उम्र बहुत पता लग गया उत्ते पहुंचा वे सारा टब्बर रौनक लगी पता लग रहा की करके बलदेव सिंह बनना दूजा बलदेव सिंह टू
ਤੇ ਤੂੰ ਜਿਮ ਜਾਂਦਾ ਸੀਗਾ, ਤੇਰੇ ਢਿੱਡ ਕਿਵੇਂ ਮੋਟਾ ਹੋ ਗਿਆ? ਕਿਤਾਬ ਜੀ ਫੜਾਤੀ ਲਿਆ ਕੇ ਦੀ ਦਾ ਕਹਿੰਦੇ ਪੜੋ ਉਹਦੇ ਬਾਰੇ ਲਿਖਿਆ ਸੀ, ਕਹਿੰਦੇ ਪੜਨਾ ਹੈ ਕਿ ਦੇਖਣਾ ਹੈ? ਉਹਦਾ ਤਾਂ ਗੜਾ ਚੜਾ ਕੇ ਆਏ ਆ, ਤਾਂ ਗੜਾ ਚੜਾ ਕੇ ਆਏ ਆ, ਵਿਚਾਰ ਦਿਨ ਕੋਈ ਨਿਆਰੇ ਲਵਾਂਗੇ ਤੇ ਉਹ ਮਗਾ ਕਾਪੀ ਜੀ ਹੋਰ ਫੜਾਤੀ, ਉਹ ਵੀ ਬੁੱਕ ਚ ਲਿਖਿਆ ਪਿਓਰ ਹਿੰਦੀ ਜਿਹੜੀ ਸਮਝ ਹੀ ਨਾ ਕਰਤੀ ਕੁਰਤੀ, ਅਗਲੀ ਵਾਰ ਨੂੰ ਕਹਿ ਰਹੀ ਉਹ ਕਿਤਾਬਾਂ ਪੜਨ ਨਹੀਂ ਮੈਂ ਜਾਂਦਾ। ਉਦੋਂ ਬਾਅਦ ਉਹ ਦੂਜੀ ਲੈ ਕੇ ਗਏ ਉੱਥੇ, ਫਿਰ ਗੁਫਾ ਗੁਫਾ ਚ ਨਿਆਰੇ ਉੱਥੇ ਨਿਆਰਾ ਜਾਇਆ, ਜੋ ਬੰਦੂਕਾਂ ਦੇਖਣਾ ਉਦੋਂ ਬੰਦੂਕਾਂ ਵੀ ਚੱਲ ਦੇਖ ਲੀਆਂ, ਹੈ ਨੀ ਯਾਰ ਜੀ ਜੀ ਬੰਦੂਕਾਂ ਉਹ ਤਗੜੀਆਂ ਹੈ ਨੀ, ਚਾਚੂ ਜੁੜੀਆਂ ਚੁੰਡੀਆਂ ਉਹ ਇੱਕ ਬੰਦੂਕ ਹੈ ਕਿ ਚਾਚੂ ਹੀ ਕਰ ਤੂੰ ਕਾ ਉੱਡੀ ਲੰਬੀ ਅਜੀ ਕਾ ਬੰਦਾ ਚਲਾਉਂਦਾ ਕਿਵੇਂ ਹੋਊਗਾ, ਨਾ ਤੇ ਹੈਂਡਲ ਜੀ ਥੱਲੇ ਲਾਉਣ ਵਾਲੇ ਬੰਦਾ ਖੜ ਕੇ ਫੜ ਕੇ ਕਿਵੇਂ ਚਲਾਊਗਾ ਉਹਨੂੰ, ਐਡੀ ਲੰਬੀ ਬੰਦੇ ਨਾਲ ਲੰਬੀ ਬੰਦੂਕ, ਮੇਰੇ ਕੋਲ ਵੀਡੀਓ ਹੈਗੀ ਆ ਭੇਜੂਗਾ ਤੁਹਾਨੂੰ। ਇੰਨੇ ਕੁ ਥਾਂ ਤੇ ਬਸ ਉਹ ਗੇਰ ਜਿਹਾ ਲੱਗਿਆ ਉਹ ਬਾਕੀ ਪੈ ਵੀ ਸੀਗੀ ਲੰਬੀ, ਉਹ ਕਹਿੰਦੇ ਬੰਦੂਕ ਟਪਾਉਣੀ ਏਡੀ ਲੰਬੀ ਬੰਦੂਕ ਉਹ ਤੇ ਟੱਪ ਜਾਣੀ, ਗੋਲੀ ਟੱਪਣੀ ਆ ਉਹ ਏਡੀ ਲੰਬੀ ਪੈਪ ਲੱਗੀ ਲੰਬੀ, ਇੱਕ ਵਿੱਚ ਹੈਂਡਲ ਹੁੰਦਾ ਨਾ ਹੈਂਡਲ, ਪੈਸੇ ਕਿੰਨੇ ਲੈ? 55,000 ਗੋਲੇ ਮੋਢੇ ਤੇ 32 ਜੀ ਲੱਗੇ ਸੀ, ਕਹਿੰਦੇ ਚੱਗ ਲਾਉਂਦੇ ਆਏ ਅਸ ਕੇ ਬੰਦੇ ਦੋ ਚਲਾਉਂਦੇ ਸੀ, ਕਹਿੰਦੀ ਇੱਕ ਹੀ ਚਲਾਉਂਦੇ ਸੀ, ਤਿੰਨ ਹੱਥ ਸੀ ਮੇਰਾ ਪਿੱਛੋਂ ਕੱਢ ਕੇ ਅੱਗ ਲਾਉਂਦਾ ਸੀ। ਸਾਡੇ ਘਰੇ ਇਹਦੀਆਂ ਮੈਡਮਾਂ ਆਈਆਂ ਉਹ ਜੂੜਾ ਨੀਗਾ ਕਹਿੰਦੀਆਂ ਦਨੁਸ ਬੜਾ ਤਗੜਾ ਗੱਡੇ ਦੇ ਜੂੜੇ ਗੱਡੇ ਦੇ ਜੂੜੇ ਨੂੰ ਕਹਿੰਦੀਆਂ ਦਨੁਸ ਬੜਾ ਤਗੜਾ ਇਹ ਕੌਣ ਚਲਾਦਾ ਮੈਂ ਬਾਪੂ ਜੀ ਤੋਂ ਉਹ ਕਹਿੰਦਾ 50 ਕਿਲੋ ਦਾ ਦਨੁਸ ਮੈਂ ਪਿੱਛੇ ਕਰਦੇ ਬੰਦਾ ਪਿੱਛੇ ਦੇਖਦਾ ਹੁਣ ਤੂੰ ਆ ਕੇ ਲੈ ਮੈਂ ਗੱਲ ਕਰ ਲੈਣਾ ਇਸ ਫੋਨ ਤੋਂ ਹੀ ਕਰ ਲੇਗਾ ਤੂੰ, ਉਹਦੇ ਕੋਲ ਬਟਨ ਵਾਲਾ ਫੋਨ ਸੀ ਤੇ ਕਹਿੰਦੇ ਹਾਂ ਕਰ ਲੈਣਾ ਗੱਲ ਕਰ ਲਈ। 500 ਚ ਤੂੰ ਸਿੰਗਾਪੁਰ ਵੀ ਜਾਣਾ ਆ ਫੋਨ ਤੇ ਗੱਲ ਕਰ ਲਈ, ਲੈ ਬਾਈ ਯਾਰ ਤੈਨੂੰ ਪਤਾ ਹੀ ਨੀ ਕਹਿੰਦਾ ਮੈਂ 3 ਘੰਟੇ ਰਿਸ਼ਤਾ ਕਰਕੇ ਦੇਖਣ ਆਉਣਗੇ ਤੂੰ ਉਦੋਂ ਨੀ ਪੜਾਉਣਾ, ਕਹਿੰਦੀਆਂ ਮੇਰੇ ਡੈਡੀ ਨੇ ਕਾ ਤਾ ਮੈਂ ਨੀ ਪੜਾਉਣਾ ਚਾਹ ਚੂ ਆਵੇ ਪੀ ਲੋ ਪਾਣੀ ਪਾਣੀ ਚਾਹ ਲੈ ਗਈ ਪਾਣੀ ਲੈ ਕੇ ਆ ਮੈਨੂੰ ਮਨਪ੍ਰੀਤ ਦੀਦੀ ਕਮਰਾਣੀ ਨਾ ਪਾਉਂਦੇ ਪਲਸਤਰ ਕੀਤਾ ਵਾਰੀ ਵਾਰੀ ਇਹਨੇ ਦੇਖੀ ਇਹਨੇ।
ਚਾਰ ਵਾਰੀ ਵੇਖ ਕੇ ਆਉਂਗੇ ਸਾਡਾ ਥਾਂ ਖੁੱਲਾ ਲੱਗਣ ਲੱਗ ਗਿਆ ਮੇਰੀ ਭੈਣ ਰੋਟੀਆਂ ਪਕਾਈਆਂ ਪਾਣੀ ਨਹੀਂ ਪਾ ਰਹੀ ਯਾਰ